ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਬਹੁਤ ਅਹਿਮ ਖਬਰ ਤੇ ਵੱਡੀ ਖਬਰ ਹੈ ਕਿ ਕੈਨੇਡਾ ਦੇ ਲਈ ਵੀਜ਼ਾ ਸਰਵਿਸ ਫਿਰ ਤੋਂ ਭਾਰਤ ਨੇ ਸ਼ੁਰੂ ਕਰ ਦਿੱਤੀ ਹੈ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਨਾਲ ਜੁੜੀ ਇੱਕ ਚੰਗੀ ਖਬਰ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਸੁਧਾਰ ਹੋ ਸਕਦਾ ਹੈ ਕਿਉਂਕਿ ਕੱਲ ਤੋਂ ਫਿਰ ਵੀਜ਼ਾ ਸਰਵਿਸ ਸ਼ੁਰੂ ਹੋ ਜਾਏਗੀ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਨੇ ਵੀਜ਼ਾ ਦੇਣਾ ਬੰਦ ਕੀਤਾ ਹੋਇਆ ਸੀ ਉਹ ਵੀਜ਼ਾ ਸਰਵਿਸ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਭਾਰਤ ਕੈਨੇਡਾ ਦੇ ਰਿਸ਼ਤੇ ਜਲਦ ਸੁਧਰ ਸਕਦੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਹਰਦੀਪ ਸਿੰਘ ਨਿਜਰ ਉਹਨਾਂ ਦਾ ਕਤਲ ਹੁੰਦਾ ਉਸ ਤੋਂ ਬਾਅਦ ਸਵਾਲ ਚੁੱਕੇ ਜਾਂਦੇ ਆ ਕਿ ਕੈਨੇਡੀਅਨ ਨਾਗਰਿਕ ਦਾ ਕਤਲ ਹੋਇਆ ਉਸ ਤੋਂ ਬਾਅਦ ਫਿਰ ਕਲੇਸ਼ ਵੱਧਦਾ ਤਾਂ ਫਿਰ ਭਾਰਤ ਨੇ ਰੋਕ ਲਾ ਦਿੱਤੀ ਸੀ ਤੇ ਨਾਲ ਹੀ ਕਿਹਾ ਸੀ ਕਿ ਡਿਪਲੋਮੈਟਸ ਵਾਪਸ ਜਾਣ ਕੈਨੇਡਾ ਨੂੰ ਤਾਂ ਕੈਨੇਡਾ ਦੇ ਡਿਪਲੋਮੈਟਸ ਵਾਪਸ ਚਲੇ ਗਏ ਉੱਥੇ ਹੀ ਇੰਡੀਅਨ ਲੋਕ ਵੀ ਖਜਲਖੁਆਰੀ ਦਾ ਸ਼ਿਕਾਰ ਹੋਏ ਤਾਂ ਹੁਣ ਕੈਨੇਡਾ ਦੇ ਨਾਲ ਰਿਸ਼ਤੇ ਵਿਚਾਲੇ ਇੱਕ ਚੰਗੀ ਖਬਰ ਕੱਲ ਤੋਂ ਯਾਨੀ ਕਿ 26 ਤਰੀਕ ਤੋਂ 26 ਅਕਤੂਬਰ ਤੋਂ ਵੀਜ਼ਾ ਸਰਵਿਸ ਸ਼ੁਰੂ ਕਰ ਦਿੱਤੀ ਜਾਏਗੀ ਇੰਡੀਆ ਦੇ ਵੱਲੋਂ ਜਿਹੜੀ ਰੋਕ ਲਾਈ ਗਈ ਸੀ ਹਾਈ ਕਮਿਸ਼ਨ ਆਫ ਇੰਡੀਆ ਇਨ ਓਟਾਵਾ ਦੇ ਵੱਲੋਂ ਇਹ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ ਹੈ ਐਂਟਰੀ ਵੀਜ਼ਾ ਬਿਜ਼ਨਸ ਵੀਜ਼ਾ ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਚਾਰ ਤਰ੍ਹਾਂ ਦੇ ਵੀਜ਼ਾ ਸਰਵਿਸ ਜਿਹੜੀ ਹੈ ਇਹ ਕਿਹੜੇ-ਕਿਹੜੇ ਲੋਕ ਵੀਜ਼ਾ ਲੈ ਸਕਣਗੇ ਉਹਨਾਂ ਲਈ ਦੱਸਦੀ ਹੈ ਕਿ ਐਂਟਰੀ ਵੀਜ਼ਾ ਜਿਨ੍ਹਾਂ ਨੇ ਲੈਣਾ ਯਾਨੀ ਕਿ ਟੂਰਿਸਟ ਵੀਜ਼ਾ ਵਿਸਟਰ ਵੀਜ਼ਾ ਜਿਹੜਾ ਉਹਦੀ ਸਰਵਿਸ ਵੀ ਸ਼ੁਰੂ ਕਰ ਦਿੱਤੀ ਗਈ ਹੈ ਇੰਡੀਆ ਦੇ ਵੱਲੋਂ ਬਿਜ਼ਨਸ ਵੀਜ਼ਾ ਵਾਲਿਆਂ ਦੇ ਲਈ ਵੀ ਤੇ ਜੇ ਕਿਸੇ ਨੇ ਇਲਾਜ ਕਰਾਉਣ ਇੰਡੀਆ ਆਉਣਾ ਮੈਡੀਕਲ ਵੀਜ਼ਾ ਤੇ ਨਾਲ ਹੀ ਕਾਨਫਰੰਸ ਵੀਜ਼ਾ ਇਹ ਚਾਰ ਤਰ੍ਹਾਂ ਦੇ ਵੀਜ਼ਾ ਜਿਹੜੇ ਆ ਇਹ ਸ਼ੁਰੂ ਕਰ ਦਿੱਤੇ ਗਏ ਆ ਸ਼ੁਰੂ ਕਰ ਦਿੱਤੇ ਜਾਣਗੇ ਕੱਲ ਤੋਂ ਅੱਜ ਆਫੀਸ਼ੀਅਲ ਲੈਟਰ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਦੇ ਵੱਲੋਂ ਇਹ ਪ੍ਰੈਸ ਰਿਲੀਜ਼ ਜਾਰੀ ਕਰ ਦਿੱਤਾ ਗਿਆ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤ ਤੇ ਕੈਨੇਡਾ ਵਿਚਾਲੇ ਜੋ ਤਲਖੀ ਹੋਈ ਸੀ ਉਸ ਤਲਖੀ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਖਬਰ ਬਹੁਤ ਵੱਡਾ ਰਸਤਾ ਖੁੱਲਣ ਜਾ ਖੁੱਲ ਸਕਦਾ ਇਸ ਦੇ ਨਾਲ ਕਿਉਂਕਿ ਆਪਸੀ ਗੱਲਬਾਤ ਜਦੋਂ ਹੁਣ ਫਿਰ ਤੋਂ ਸ਼ੁਰੂ ਹੋ ਜਾਏਗੀ ਔਰ ਕੈਨੇਡਾ ਨੂੰ ਵੀਜ਼ਾ ਦੇਣਾ ਭਾਰਤ ਨੇ ਬੰਦ ਕੀਤਾ ਸੀ ਔਰ ਵੀਜ਼ਾ ਸਰਵਿਸ ਫਿਰ ਤੋਂ ਸ਼ੁਰੂ ਕਰ ਦਿੱਤੀ ਜਾਏਗੀ ਕੱਲ ਸਵੇਰ ਤੋਂ ਵੀਜ਼ਾ ਸਰਵਿਸ ਸ਼ੁਰੂ ਹੋਣ ਜਾ ਰਹੀ ਹੈ ਵੱਡੀ ਖਬਰ ਹੈ ਕੈਨੇਡਾ ਦੇ ਨਾਗਰਿਕਾਂ ਨੂੰ ਭਾਰਤ ਦੇ ਵੀਜ਼ਾ ਦੇਣਾ ਬੰਦ ਕੀਤਾ ਸੀ ਔਰ ਇਹ ਵੀਜ਼ਾ ਇੱਕ ਪਹਿਲ ਜਿਹੜੀ ਆ ਹੁਣ ਤੋਂ ਭਾਰਤ ਦੇ ਵੱਲੋਂ ਕਰ ਦਿੱਤੀ ਗਈ ਹੈ ਫਿਰ ਤੋਂ ਔਰ ਕਿਹਾ ਕੀ ਗਿਆ ਖਾਸ ਤੌਰ ਤੇ ਉਹ ਪੜ੍ਹ ਕੇ ਵੀ ਮੈਂ ਇੱਕ ਵਾਰ ਤੁਹਾਨੂੰ ਸੁਣਾ ਦਿੰਦਾ ਕਿ ਜਿਸ ਤਰੀਕੇ ਨਾਲ ਸਿਕਿਉਰਿਟੀ ਮੈਜ਼ਰਮੈਂਟ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਰੱਖਦੇ ਹੋયા ਇਹ ਵੀਜ਼ਾ ਸਰਵਿਸ ਤੇ ਬ੍ਰੇਕ ਲਾਈ ਗਈ ਸੀ ਔਰ ਵੀਜ਼ਾ ਸਰਵਿਸ ਜਿਹੜੀ ਹੈ ਸਸਪੈਂਡ ਕਰ ਦਿੱਤੀ ਗਈ ਸੀ ਸਸਪੈਂਡ ਕੀਤੀ ਹੋਈ ਵੀਜ਼ਾ ਜਿਹੜੀ ਸਰਵਿਸ ਸੀ ਉਹ ਟੈਂਪੋਰਰੀਲੀ ਸੀ ਕਿਉਂਕਿ ਸੇਫਟੀ ਤੇ ਸਿਕਿਉਰਿਟੀ ਨੂੰ ਕਨਸੀਡਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਸਿਕਿਉਰਿਟੀ ਰਿਵਿਊ ਕਰ ਲਈ ਗਈ ਹੈ ਸਿਚੁਏਸ਼ਨ ਜਿਹੜੀ ਹੈ ਉਹ ਸਿਕਿਉਰਿਟੀ ਸਿਚੁਏਸ਼ਨ ਰਿਵਿਊ ਕਰਨ ਤੋਂ ਬਾਅਦ ਹੁਣ ਵੀਜ਼ਾ ਸਰਵਿਸ ਕੈਨੇਡੀਅਨ ਦੇ ਲਈ ਫਿਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਵੱਡੀ ਖਬਰ ਵੱਡੀ ਅਪਡੇਟ ਤੁਹਾਨੂੰ ਨਾਲ ਲਗਾਤਾਰ ਸਾਂਝੀ ਕਰ ਰਹੇ ਆ ਇਹ ਡਿਸਾਈਡ ਕੀਤਾ ਗਿਆ ਹੈ ਇਹ ਖਾਸ ਤੌਰ ਤੇ ਹੁਣ ਕਿ ਵੀਜ਼ਾ ਸਰਵਿਸ ਜਿਹੜੀ ਹੈ ਇਹ ਬੰਦ ਕੀਤੀ ਗਈ ਸੀ ਇਹ ਕਿਹੜੇ ਚਾਰ ਤਰ੍ਹਾਂ ਦੀ ਕੈਟਾਗਰੀ ਕੈਟਾਗਰੀਜ਼ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ ਖਾਸ ਤੌਰ ਤੇ ਤਾਂ ਐਂਟਰੀ ਵੀਜ਼ਾ ਬਿਜ਼ਨਸ ਵੀਜ਼ਾ ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਜੋ ਹੈ ਇਹ ਸ਼ੁਰੂ ਕਰ ਦਿੱਤਾ ਗਿਆ ਹੈ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਕੱਲ ਤੋਂ ਫਿਰ ਸ਼ੁਰੂ ਹੋ ਜਾਣਗੇ ਵੀਜ਼ਾ ਮਿਲਣੇ ਜੋ